ਕਾਲ ਦੋਸਤੋ ਹੋ ਸਭ ਕਿਵੇਂ ਹੋ ਸਭ ਵਧੀਆ ਹੀ ਹੋਣੇ ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਜਯੰਤੀ ਹੈਗੀ ਹੈ ਤੇ ਗੁਰਪੁਰਬ ਹੈਗਾ ਅੱਜ ਤੇ ਗੁਰਪੁਰਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਤੇ ਆਪਾਂ ਚੱਲਦੇ ਹਾਂ ਗੁਰਦੁਆਰੇ ਤੇ ਤੁਹਾਨੂੰ ਦਰਸ਼ਨ ਕਰਨੇ ਗੁਰਦੁਆਰੇ ਦੇ ਤੇ ਨਗਰ ਕੀਰਤਨ ਵੀ ਦਿਖਾਵਾਂਗੇ ਤੇ ਸ਼ੋਭਾ ਯਾਤਰਾ ਨਿਕਲੇਗੀ ਤੇ ਚੱਲਦੇ ਆਪਾਂ ਗੁਰਦੁਆਰੇ ਦੇ ਅੰਦਰ ਜਿਹੜੀ ਮਰਜ਼ੀ ਬੇੜੀ ਚ ਬਿਠਾਉਂਦੇ ਗੰਗਾ ਦੀ ਸੈਰ ਕਰਵਾ ਲਿਓ ਤੇ ਜਿਹੜੇ ਮਹਾਰਾਜ ਦੇ ਸਾਥੀ ਸੀ ਨਾ 100-150 ਗਰੀਬ ਪਰਿਵਾਰਾਂ ਦੇ ਬੱਚੇ ਕੀ ਮਹਾਰਾਜ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ ਉਹਨਾਂ ਤੇ ਤਰਸ ਆਉਂਦਾ ਮਹਾਰਾਜ ਨੂੰ ਵੀ ਇਹ ਗਰੀਬ ਪਰਿਵਾਰਾਂ ਦੇ ਬੱਚੇ ਨੇ ਕਿਰਾਇਆ ਦੇਣ ਵਾਸਤੇ ਪੈਸਾ ਵੀ ਇਹਨਾਂ ਕੋਲ ਆਏ ਹੱਥ ਵਿੱਚ ਛੱਟੀ ਹੈ ਵੱਡੀ ਸਾਰੀ ਛੱਟੀ ਹੈ ਤੇ ਮਹਾਰਾਜ ਮਾਤਾ ਜੀ ਦੀ ਗੋਦ ਵਿੱਚ ਬੈਠ ਜਾਂਦੇ ਨੇ
ਸਾਰੀਆਂ ਦੋ ਗਈ ਕਿਤੇ ਮੈਂ ਇਹੋ ਜਿਹਾ ਕੋਈ ਮੁਸਲਮਾਨ ਪੀਰ ਨਹੀਂ ਦੇਖਿਆ ਜਿਹਨਾਂ ਕਹਿੰਦੇ ਆਪਣੇ ਪੁੱਤਰਾਂ ਤੋਂ ਵੱਧ ਕੇ ਕਿਤੇ ਆਪਣੇ ਗੁਰਦਿਆਂ ਨੂੰ ਪਿਆਰ ਦਿੱਤਾ ਹੋਵੇ ਆਪਣੇ ਚੇਲਿਆਂ ਨੂੰ ਪਿਆਰ ਦਿੱਤਾ ਹੋਵੇ ਤੁਸੀਂ ਇਸ ਕਰਕੇ
ਚੱਲ ਰਹੀ ਹੈ। शेयर करना ते फिर मैं तुहानू अज गुरुद्वारे दर्शन भी कराए ते अज गुरु गोबिंद सिंह जी जयंती जी ते आपां हुणे पहुंचे आ मैनू होया अद्धा घंटा ही होया मैं 8:30 बजे घर पहुंच गया सी ते आपां सवेरे निकले सी 10 बजे ते हुण आए आपां ते तुहानू वीडियो अच्छी लगी तो कमेंट जरूर करना लाइक करना ते शेयर करना ते फिर अगली वीडियो च मिलदे आ दोस्तों एक नवी वीडियो नाल एक नवी जगह नाल ते फिर इस वेले गुड नाइट दोस्तों सत श्री अकाल बाय।